2016 ਵਿੱਚ ਜਾਟ ਅੰਦੋਲਨ ਦੇ ਦੌਰਾਨ ਮੂਨਕ ਨਹਿਰ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੁਣ ਹਾਈ ਕੋਰਟ ਵੱਲੋਂ ਤਲਬ ਕੀਤੀ ਗਈ ਰਿਪੋਰਟ ਤੇ ਅਸੰਤੁਸ਼ਟੀ ਜਸਟਿਸ ਐਸ ਐਸ ਸਰੋਂ ਅਤੇ ਜਸਟਿਸ ਦਰਸ਼ਨ ਸਿੰਘ ਦੀ ਡਿਵੀਜ਼ਨ ਬੈਂਚ ਨੇ ਅੱਜ ਇਹ ਮਾਮਲਾ ਸੀ ਬੀ ਆਈ ਦੇ ਹਵਾਲੇ ਕਰ ਦਿੱਤਾ ਹੈ। ਬੈਂਚ ਨੇ ਪਿਛਲੀ ਸੁਣਵਾਈ ਦੌਰਾਨ ਹੀ ਇਹ ਇਸ ਦਾ ਮਜ਼ਬੂਤ ਇਸ਼ਾਰਾ ਵੀ ਕੀਤਾ ਸੀ। ਸੀ ਬੀ ਆਈ ਦੇ ਵਕੀਲ ਨੂੰ ਤਲਬ ਕਰਕੇ ਉਸ ਦੇ ਕੋਲੋਂ ਪੁੱਛਿਆ ਗਿਆ ਸੀ ਕਿ ਸੀ ਬੀ ਆਈ ਇਸ ਮਾਮਲੇ ਦੀ ਜਾਂਚ ਕਰਨ ਨੂੰ ਤਿਆਰ ਹੈ ਜਾਂ ਫਿਰ ਨਹੀਂ, ਪਰ ਸੀ ਬੀ ਆਈ ਵੱਲੋਂ ਹਾਮੀ ਭਰੇ ਜਾਣ ਤੇ ਬੈਂਚ ਨੇ ਮੂਨਕ ਨਹਿਰ ਤੋੜਨ ਸੰਬੰਧੀ ਦਰਜ ਚਾਰ ਮਾਮਲਿਆਂ ਦੀ ਜਾਂਚ ਸੀ ਬੀ ਆਈ ਦੇ ਹਵਾਲੇ ਕਰ ਦਿੱਤੀ ਹੈ। ਦਰਅਸਲ ਬੈਂਚ ਨੇ ਇਸ ਮਾਮਲੇ ਦੀ ਗੰਭੀਰਤਾ ਪ੍ਰਗਟਾਉਂਦਿਆਂ ਆਖਿਆ ਕਿ ਇਸ ਨਹਿਰ ਤੋਂ ਕੌਮੀ ਰਾਜਧਾਨੀ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ ਤੇ ਨਹਿਰ ਤੋੜਨਾ ਇੱਕ ਤਰ੍ਹਾਂ ਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਣ ਦੇ ਬਰਾਬਰ ਹੈ, ਲਿਹਾਜ਼ਾ ਇਸ ਮਾਮਲੇ ਨੂੰ ਕੜੇ ਹੱਥੀ ਨਜਿੱਠਣ ਦੀ ਲੋੜ ਹੈ।